ਪੜਦਾ ਹੈ, ਵਿਦਵਾਨ ਵੀ ਜਿਹੜਾ ਬਹੁਤਾ ਪੜਦਾ ਹੈ। ਅੱਖੀ ਜਦੋਂ ਝੂਮ ਕੇ ਤੁਰਦਾ ਡੌਗੀ ਬਾਰਕ ਕਰਦਾ ਹੈ, ਡੈਡੀਕੇਟ ਕਰਦਾ ਪੁਰਾਣੇ ਸੱਜਣਾਂ ਤੇ ਬੰਦੀ ਸਿੰਘਾਂ ਨੂੰ। ਪਰਮਾਤਮਾ ਕਰੇ ਉਹਨਾਂ ਦੀ ਜਲਦੀ ਰਿਹਾਈ ਹੋਏ। ਗੱਜ ਗਿਆ ਕਿ ਵਾਹਿਗੁਰੂ ਜੀ ਕਾ ਖਾਲਸਾ। ਪ੍ਰੋਟੈਸਟ ਕਰਨ ਦਾ ਆਪਣਾ ਆਪਣਾ ਤਰੀਕਾ। ਕਈ ਵਾਰੀ ਮੈਨੂੰ ਕਈ ਬੰਦੇ ਕਹਿ ਦਿੰਦੇ ਤੂੰ ਫਲਾਣੇ ਧਰਨੇ 'ਚ ਨਹੀਂ ਗਿਆ। ਧਰਨੇ ਦਾ ਮਤਲਬ ਕੀ ਹੁੰਦਾ ਕਿ ਆਪਾਂ ਇਕੱਠੇ ਹੋਣਾ ਤੇ ਇੱਕ ਬੰਦੇ ਨੇ ਸਪੀਚ ਕਰਨੀ। ਮੈਨੂੰ ਕੁਦਰਤ ਨੇ ਤੁਸੀਂ ਦੇ ਦਿੱਤੇ ਕਿ ਮੈਂ ਤੁਹਾਡੇ 'ਚ ਸਪੀਚ ਕਰ ਜਾਣੀ ਆ, ਇਹ ਘਰ ਘਰ ਗੱਲ ਪਹੁੰਚ ਜਾਣੀ ਆ। ਤੋ ਮੈਂ ਬੰਦੀ ਸਿੰਘਾਂ ਦੀ ਉਦੋਂ ਤੋਂ ਗੱਲ ਕਰਦਾ 15-16 ਸਾਲ ਤੋਂ, ਕਿਉਂਕਿ ਮਨੁੱਖੀ ਅਧਿਕਾਰ ਦੀ ਉਲੰਘਣਾ ਕਿਤੇ ਵੀ ਨਹੀਂ ਹੋਣੀ ਚਾਹੀਦੀ। ਚਾਹੋ ਸਾਡਾ ਦੁਸ਼ਮਣ ਵੀ ਉਹਦੇ ਨਾਲ ਨਹੀਂ ਹੋਣੀ ਚਾਹੀਦੀ। ਔਰ ਕਿਸਾਨੀ ਦੀ ਗੱਲ ਵੀ ਅਸੀਂ 20 ਸਾਲ ਤੋਂ ਕਰਦੇ ਹਾਂ।
ਗੱਡੀ ਚ ਵਕੀਲਾ ਸੁਣ ਗਈ ਆਉਂਦੀ ਏ ਆਵਾਜ਼ ਜੱਟਾ ਤੁਰ ਤੁਰਦੀ ਅੱਗੇ ਭਾਈ ਨੇ ਜਾਣੇ ਬੋਲੂਗੇ ਕਿਵੇਂ ਸਮਝੂਗਾ ਟਰਾਲਾ ਟਰਾਲਾ ਓਕੇ ਓਕੇ ਆਹੋ ਟਰਾਲਾ ਬੋਤਲ ਬਣ ਕੇ ਦੇਸੀ ਦੀ ਮੰਜਿਆਂ ਤੇ ਰੁੜਦੀ ਹੱਡੀਆਂ ਨੂੰ ਮੈਂ ਲਾ ਕੇ ਉਹ ਪੰਜਿਆਂ ਤੇ ਤੁਰਦੀ।